5000 ਦੇ ਤੇ ਹੁਣ ਮੈਨੂੰ ਅਗਰ ਵੇਚੇ ਤਾਂ ਹੁਣ ਕਿਤਨੇ ਦੀ ਉਸੇ 7 ਲੱਖ ਦੀ ਲੈ ਲੈ 22000 ਦੀ ਤੂੰ 22000 ਦੀ ਲੈ ਹੁਣ ਤੂੰ ਵੇਚੇ ਤਾਂ ਤੇਰੀ ਕਿਤਨੇ ਦੀ ਉਸੇ ਮੇਰੀ ਹੋਸੀ 25000 ਤੇ ਮੈਂ ਉਹਨੂੰ ਸੂਆ ਨੂੰ ਤੰਦਰ ਲੈ ਲੈ ਨਾ ਉਹਨੂੰ ਆਦਾ ਬੇ ਪਤ ਤੂੰ ਮਾਂ ਦੀ ਬੁੱਝੇ ਤੇਰੀ ਬਾਹ ਬਣੀ ਤੂੰ ਮਾਂ ਤੇ ਬਟਵਾ ਲੈ ਤੂੰ ਵਾਹੀ ਮਾਂ ਨੂੰ ਲੰਨ ਬਈ ਉਹ ਬੰਦ ਲਾਓ ਵੀਰ ਸਵੇਰ ਸਵੇਰ ਦਾ ਟਾਈਮ ਹੈ ਨਹੀਂ ਆਇਆ ਝਾੜ ਤੂੰ ਸਿਰ ਤੇ ਆ ਗਈ ਹੈ ਨੀਵੇਂ ਨੀਵੇਂ ਦੇ ਹੁਣ ਬਹਿੰਦਾ ਪੀਆ ਨਾ ਮਲਤਾਨ ਵਾਲੀ ਸਾਈਡ ਤੇ ਸਾਡੇ ਪਾਸੇ ਤੇਰੇ ਨੇ ਮਲਤਾਨ ਹੋ ਬਹਿੰਦਾ ਨਾ ਤੇ ਉਸ ਲੈਵਲ ਸ਼ਾਮ ਹੋਣੀ ਸ਼ੁਰੂ ਹੋਇਆ ਸੀ ਤੇ ਅੱਜ ਸਵੇਰੇ ਸਵੇਰੇ ਉੱਠ ਕੇ ਤੁਹਾਡੇ ਵੀਰ ਆਪਣਾ ਵਲੌਗ ਸ਼ੁਰੂ ਕੀਤਾ ਤੇ ਮੈਂ ਕਿਹਾ ਦੋਸਤਾਂ ਨੂੰ ਹਾਲ ਵੀਲਾ ਦੇ ਕੇ ਆਪਣਾ ਵਲੌਗ ਸਟਾਰਟ ਹੀ ਕਰ ਦਿਓ ਅਸਲਾਮ ਅਲੈਕਮ ਤੁਸੀਂ ਦੇ ਪਵੇ YouTube ਚੈਨਲ ਮੇਤਲਾ ਵਲੌਗ ਅਫੀਸ਼ੀਅਲ ਤੇ ਮੇਰਾ ਨਾਮ ਮਲਿਕ ਕੁਮਾਰ ਆਜ਼ਾਦ ਉਮੀਦ ਕਰੇ ਨਾ ਸਭ ਤੋਂ ਪਹਿਲੇ ਸਾਰੇ ਦੋਸਤ ਖੈਰ ਖਰੀਅਤ ਨਾਲ ਹੋ ਠੀਕ ਹੋ ਸਭ ਅੱਲਾ ਪਾਕ ਤੁਹਾਨੂੰ ਸਾਰਿਆਂ ਨੂੰ ਸਲਾਮਤ ਰੱਖੇ ਤੇ ਅਸਦਾ ਤੇ ਵਸਦਾ ਰੱਖੇ ਮੇਰੀ ਦੁਆ ਆਉਂਦੀ ਹੈ ਦਿਲ ਨਾਲ ਤੁਸੀਂ ਮੇਰੇ ਵੀਰਾ ਮੇਰੀ ਸਪੋਰਟ ਕਰੋ ਤੇ ਮਿਹਰਬਾਨੀ ਕਰੋ ਮੇਰੇ ਤੇ ਜਲਦੀ ਜਲਦੀ ਮਾਰੋ ਮੇਰੇ ਚੈਨਲ ਨੂੰ ਸਬਸਕ੍ਰਾਈਬ ਜਿਨ੍ਹਾਂ ਦੋਸਤਾਂ ਨੇ ਜਣ ਤੋਂ ਨਹੀਂ ਮਾਰਾ ਇਵੇਂ ਜਿਹੜੇ ਵੀਡੀਓ ਦੇ ਦੇ ਪੈਣ ਨਹੀਂ ਤਾਂ ਵਾਲ ਭਾਈ ਮੈਨੂੰ ਤੋੜ ਆਉਣਾ ਪਾਸੇ ਮਿਹਨਤ ਤਾਲਾ ਕਰਨ ਵਾਸਤੇ ਪੇਰ ਸ਼ੇਰ ਬੰਦੇ ਫਾਦ ਲੈਂਦੇ ਨੇ ਕੁਝ ਨਹੀਂ ਹੁੰਦਾ ਵੀਰਾਵਾਂ ਨਾਲ ਬੰਦਾ ਸੋਹਣਾ ਲੱਗਦਾ ਤੇ ਉਸ ਤੋਂ ਬਾਅਦ ਜਿਹੜਾ ਨਾ ਇਹ ਇਥੋਂ ਦੀ ਪੋਜੀਸ਼ਨ ਅੱਜ ਤੁਹਾਨੂੰ ਮੈਂ ਇੱਕ ਅਹਿਮ ਤਰੀਨ ਚੀਜ਼ ਦਿਖਾਉਣਾ ਚਾਹਨਾ ਉਹ ਤੁਸੀਂ ਮੇਰੇ ਨਾਲ ਰਹਿਣਾ ਤੁਹਾਨੂੰ ਲਿਖਿਆ ਨੇ ਪਹਿਲੇ ਨੰਬਰ ਤੇ ਐ ਵਦਨ ਬਾਵਾ ਲਖ ਸਿੰਘ ਦੀ ਜਾਤ ਉਹਨਾਂ ਲੱਠੇ ਚੁਗਣ ਵਾਸਤੇ ਇਤਨੇ ਨਿਤਨੇ ਨਾ ਬਈ ਜਿਤਨੀ ਕਹਿ ਦੀ ਸੋਚ ਕੋ ਨਹੀਂ ਮੇਰੀ ਵੀ ਸੋਚ ਕੋ ਨਹੀਂ ਇਤਨੇ ਮਾਸ਼ਾਅੱਲਾ ਨਾਲ ਉਹ ਤੁਹਾਨੂੰ ਚੱਲ ਕੇ ਸ਼ੇਅਰ ਕਰੇ ਨਾ ਲਿਖਿਆ ਨੇ ਉੱਡਦੇ ਹੋਏ ਤੇ ਵਾਲ ਆਪਣਾ ਵਲੌਗ ਇਰਦ ਗਿਰਦ ਇਹ ਉਹ ਤੁਹਾਨੂੰ ਅੱਜ ਜੇ ਸਾਰੀਆਂ ਗੁੱਡ ਨਿਊਜ਼ ਆਈਆਂ ਨਾ ਲੱਗ ਰਹੇ ਸੀ ਵੀ ਉਹ ਸਾਨੂੰ ਮਿਲ ਵੈਸੇ ਤੇ ਮੈਂ ਦੋਸਤਾਂ ਨਾਲ ਸ਼ੇਅਰ ਕਰੇ ਸਾਂ ਅੱਜ ਦੀ ਰੂਟੀਨ ਦੇ ਵਿੱਚ ਇਨਸ਼ਾਅੱਲਾ ਉਹ ਆਪਣੀ ਬਾਈਕ ਖੜੀ ਹੈ ਉਸ ਤੋਂ ਬਾਅਦ ਨਾ ਮੈਂ ਕਿਹਾ ਜਿਹੜਾ ਨਾ ਸਵੇਰੇ ਸਵੇਰੇ ਉੱਠ ਕੇ ਨਾ ਨਾ ਧੋ ਕੇ ਫਰੈਸ਼ ਹੋ ਕੇ ਆਪਣਾ ਵਲੌਗ ਸ਼ੁਰੂ ਕਰੂੰ ਕਿ ਤਾਂ ਕਿ ਦੋਸਤਾਂ ਨਾਲ ਕੋਈ ਗੱਪ ਛੱਪ ਵੀ ਲਾਉਂ ਕੋਈ ਢੇਰ ਦੋਸਤ ਮੇਰੇ ਕਮੈਂਟ ਕਰਕੇ ਆਦੇ ਰਹਿਵੇਂ ਨਾ ਯਾਰ ਤੂੰ ਨਾ ਆਪਣਾ ਹਾਲ ਅਵੀਲਾ ਸਹੀ ਨਾ ਦੱਸਿਆ ਤਾਂ ਇਹ ਨਾ ਕਰਿੰਦਾ ਉਹ ਯਾਰ ਮੈਂ ਹਾਲ ਅਵੀਲਾ ਸਹੀ ਦੱਸਿਆ ਨਾ ਜੈਨੂਅਨ ਦੱਸਿਆ ਨਾ ਤੁਹਾਡਾ ਵੀਰਾ ਇਹ ਤਾਂ ਮਾੜਾ ਜੀ ਹੈ ਲੇਕਿਨ ਅੱਲਾ ਦਾ ਸ਼ੁਕਰ ਹੈ ਬਈ ਹੁਣ ਅੱਲਾ ਦੀ ਦਿੱਤੀ ਹੋਈ ਚੀਜ਼ ਨੂੰ ਬੰਦਾ ਨਹੀਂ ਕਰੇਂਦਾ ਨਹੀਂ ਤੇ ਬਾਕੀ ਥੋੜੇ ਬਾਤੇ ਹਾਲਾਤ ਤੁਹਾਡੇ ਵੀਰਾ ਦੇ ਡਾਊਨ ਨੇ ਦੁਆ ਕਰੋ ਕਿ ਅੱਲਾ ਪਾਕ ਸਹੀ ਕਰ ਦੇ ਮੈਂ ਤੁਹਾਨੂੰ ਸ਼ੇਅਰ ਕਰੇ ਇਨਸ਼ਾਅੱਲਾ ਉਹ ਵੀ ਵੀ ਆ ਗਏ ਆਪਣੀ ਬਾਈਕ ਕੋਲ ਇੱਥੇ ਆਦੇ ਪਹਿਲੇ ਖੜਾਈਏ ਹੁਣ ਅੱਗਾ ਚੱਲਦੇ ਆ ਤੁਹਾਨੂੰ ਚੱਲ ਮਿਲਦੇ ਆ ਹੁਲੇੜੇ ਕੈਮਰਾ ਬਾਈ ਜਾਨ ਆਨ ਕਰ ਦਿੱਤਾ ਦੁਬਾਰਾ ਤੇ ਇੱਕ ਛੋਟੀ ਜਿਹੀ ਜਿਹੜਾ ਅਕਲ ਦੇਸੋਂ ਤੇ ਉਸ ਤੋਂ ਬਾਅਦ ਇਹ ਅਕਲ ਦਿੱਤੀ ਤੇ ਉਸ ਤੋਂ ਬਾਅਦ ਸ਼ੁਗਰ ਲਿਖਾਵਾਂ ਤੁਹਾਨੂੰ ਇਹ ਬਾਵਾ ਲੱਖ ਸਿੰਘ ਦਰਬਾਰ ਦੇ ਉੱਤੋਂ ਲੱਠੇ ਆਇਆ ਵਾ ਤੇ ਚੁਗਣ ਵਾਸਤੇ ਤੇ ਉਹ ਇਤਨੇ ਬਈ ਤਕਰੀਬਨ ਕੋਈ 1000 ਨਹੀਂ ਕੋਈ 5000 ਦੇ ਕਰੀਬ ਕਰੀਬ ਹੈ ਮਾਸ਼ਾਅੱਲਾ ਨਾਲ ਜਿਹੜੇ ਦੇਖੋ ਤੇ ਇਹ ਦੇ ਸਫ਼ਰ ਕਰਕੇ ਆਉਂਦੇ ਨੇ ਇੱਥੇ ਛੜਾ ਇਹ ਤਿਲ ਪੈਣ ਨਾ ਤਿਲ ਜਿਹੜੇ ਨਾ ਉਹ ਚੁਗਣ ਵਾਸਤੇ ਆਉਂਦੇ ਨੇ ਤੇ ਉਹ ਇਤਨੇ ਖੂਬਸੂਰਤ ਲੱਗਦੇ ਨੇ ਨਾ ਮੈਂ ਤੁਹਾਨੂੰ ਦੋਸਤਾਂ ਨੂੰ ਕੀ ਦੱਸਾਂ ਦੇਖੋ ਇਹ ਦੇਖੋ ਆਏ ਹਾਏ ਹਾਏ ਸਾਰੀ ਲੱਠੇ ਕੋਈ ਚਸਾਂ ਕਰਾਈ ਵਾ ਨਹੀਂ ਇਤਨੀ ਖੂਬਸੂਰਤੀ ਬਣਾਈ ਵਾ ਨਾ ਇੱਥੇ ਉਹ ਲਾਉਂਦੇ ਪੈਣ ਸਾਹਮਣੇ ਉਹ ਦੇਖ ਲਓ ਅੱਜ ਮੈਂ ਆਖਿਆ ਤੁਹਾਨੂੰ ਆਪਣੇ ਦੋਸਤਾਂ ਨੂੰ ਸ਼ੇਅਰ ਕਰਾਂ ਕਿ ਬਈ ਇਹ ਜਿਹੜਾ ਨਾ ਇਹ ਦੇਖ ਲਓ ਉਹ ਲੈ ਪੈਣ ਸਾਰੇ ਇਸ ਟਾਈਮ ਵੱਲ ਲੈ ਪੈਣ ਇਹਨਾਂ ਦੇ ਨੇੜੇ ਹੋ ਕੇ ਵੱਲ ਥੋੜ੍ਹੀ ਜਿਹੀ ਵੀਡੀਓ ਬਣਾਉਣੇ ਤੇ ਵੱਲ ਤੁਹਾਨੂੰ ਚੱਸ ਦਿਖਾਉਣੇ ਇਹਨਾਂ ਦੀ ਬੰਦੇ ਲੰਘਦੇ ਟੱਪਦੇ ਤੁਹਾਨੂੰ ਨਹੀਂ ਕਹਿੰਦਾ ਵੀ ਐਵੇਂ ਤੇਰੇ ਹੀ ਗੱਲ ਹੋਣ ਜਿਹੜਾ ਨਾ ਤੇਰੀ ਅੱਬੇ ਦੀ ਤੁਹਾਨੂੰ ਗੱਪ ਸ਼ੱਪ ਸੁਣਾ ਨਾ ਤੇ ਅੱਬੇ ਨਾਲ ਜਿਹੜਾ ਨਾ ਥੋੜ੍ਹਾ ਜਿਹਾ ਮਜ਼ਾਕ ਤੇ ਥੋੜ੍ਹਾ ਜਿਹਾ ਜਿਹੜਾ ਨਹੀਂ ਆਉਂਦੀ ਗੱਪਾਂ ਛੱਪਾਂ ਸੁਣਨ ਵਾਸਤੇ ਨਾ ਦਿਲ ਆਦਾ ਵੀ ਹੈ ਉਹ ਤਾਂ ਕਿ ਅੱਬੇ ਦੀਆਂ ਗਾਲਾਂ ਤੇ ਗਿਉ ਦੀਆਂ ਨਾਲਾਂ ਇਹ ਅੱਜ ਬਰਾਬਰ ਹੋਣ ਵਾਲੀਆਂ ਅੱਜ ਅੱਬੇ ਕੋਲੋਂ ਤੇਰੀ ਥੋੜ੍ਹਾ ਜਿਹਾ ਨਾ ਮੂਡ ਬਣ ਗਿਆ ਵੀ ਕੋਈ ਗਾਲਾਂ ਸ਼ਾਲਾਂ ਖਾ ਲਊਂ ਅੱਬਾ ਦਾ ਬੈਠਾ ਫੋਨ ਕਰ ਨੌਕਰ ਨੂੰ ਤੈਨੂੰ ਆਉਂਦੀ ਅੱਬੇ ਦੀ ਅੱਜ ਤੁਹਾਨੂੰ ਟੈਨਸ਼ਨ ਤੇ ਤੁਹਾਨੂੰ ਹਾਲ ਅਵੀਲਾ ਤੇ ਗੱਪ ਛੱਪ ਸੁਣਵੈ ਨਾ ਇਵੇਂ ਔਨ ਕੈਮਰਾ ਨੂੰ ਪਤਾ ਹੀ ਨਾ ਲੱਗੇ ਵੀ ਅੱਜ ਕੀ ਹੋਣ ਵਾਲਾ ਉਹ ਮੈਂ ਫੋਨ ਕੀਤਾ ਮੇਰਾ ਨਹੀਂ ਚਾਹੁੰਦਾ ਵੀ ਆ ਤੂੰ ਉਹ ਆਦਾ ਸੀ ਵੀ ਜਿਹੜਾ ਨਾ ਕੋਈ ਕੰਮ ਆ ਤੈਨੂੰ ਤਾਂ ਹੀ ਨਹੀਂ ਚਾਹੁੰਦਾ ਵੀ ਅਸੀਂ ਰਾਤਰੀ ਚਾਹ ਤੇ ਵੱਡੀ ਰਾਤਰੀ ਚਾਹ ਤੇ ਵੱਡੀ ਆਈ ਜੇ ਵੈਸੇ ਜਿਹੜਾ ਨਾ ਵੈਸੇ ਰਲੇ ਬਾਈ ਬੰਨੇ ਤੇ ਬਣ ਕੇ ਵੈਸੇ ਬੰਨੇ ਤੇ ਬਹਿ ਤੇ ਵੱਡ ਵੈਸੇ ਹੈ ਤੇ ਉਹ ਵਾਲ ਮੋਬਾਈਲ ਤੇ ਲੱਗ ਪੈਂਦੇ ਅੱਛਾ ਉਹਦਾ ਹੀ ਮੈਂ ਕਿ ਸ਼ਾਇਦ ਰਲੇ ਵਟਾਉਣੇ ਦਾ ਵੀ ਰਾਤਰੀ ਚਾਹ ਦੇ ਚਾਚਾ ਵਟਵਾਇਆ ਸੀ ਮੈਂ ਇਸ ਖੁਸ਼ੀਏ ਜਾਇਆ ਅਗਰ ਭਾਈ ਆ ਗੱਲ ਉਹ ਛੋ ਤਾਂ ਸੱਚਾ ਹੈ ਉਸ ਲੋਕ ਤਾਂ ਵਹਿਣੇ ਉਹਨੂੰ ਪਤਾ ਵੀ ਅੱਗਾ ਵਹਿਣੇ ਤੇ ਘੋਵਾ ਕੁਵੇਜਣੋ ਆਇਆ ਮੈਂ ਆਖਿਆ ਵੀ ਤੂੰ ਅਗਰ ਵਟਵਾਵੇਂ ਤਾਂ ਉਹਨੂੰ ਸਾਰ ਦੇਣਾ ਤਨ ਰਲੇ ਰਾਤਰੀ ਚਵਾ ਤੇ ਇਹਦਾ ਜੋ ਔਖਾ ਥੀ ਤੇ ਮੰਜੀ ਤੂੰ ਇਹ ਕੁਲ ਚਵਾ ਦੇ ਸਰਵੇ ਨਾ ਸਾਰਾ ਕੋਈ ਤੂੰ ਸ਼ਰਮ ਕੋਈ ਨਾ ਸੀ ਭਾਈ ਜੱਟ ਨੇ ਇਹ ਸੋ ਮਾਰੇ ਸਾਰੇ ਤੇ ਜੱਟ ਨੇ ਰਾਤਰੀ ਚਵਾਇਸ ਕੁਝ ਨਹੀਂ ਹੁੰਦਾ ਵੀ ਆਦਾ ਵੀ ਮੈਂ ਰੱਲੇ ਵਟਵਾ ਵਾੜਾ ਮੈਂ ਕਿ ਸ਼ਾਇਦ ਹੁਣ ਵੱਡੇ ਹਾਲੇ ਵਟਵਾ ਆ
ਸੁੱਕੀ ਜਾਈ ਤੇ ਸਾਵੀ ਜਾਈ ਰੇੜਾ ਡੂ ਡਾਤਰੀਆਂ ਚਾਹ ਤੇ ਵਣੇ ਤੇ ਮੈਂ ਉਹਨੂੰ ਸੂਆ ਨੂੰ ਤੰਦਰ ਲੈ ਲੈਣਾ ਉਹਨੂੰ ਆਦਾ ਬੇਪਤ ਤੂੰ ਮਾਂ ਦੀ ਬੁੱਝੇ ਤੇਰੀ ਬਾਹ ਬਣੀ ਤੂੰ ਵਾਂ ਤੇ ਬਟਵਾਤ ਲੜਾ ਵੇ ਬਗਾ ਮੰਗਾ 300 ਰੁਪਏ ਮਰਲੇ ਦਾ ਬੈ ਦੇਨੇ ਜੀ ਤੇ ਉਸ ਆ ਕੇ ਵੜ ਲਵੋ ਵੜ ਲਵੋ ਮੇਰੇ ਕੋਲ ਤਾਂ ਵੱਡੀ ਜਿਆ ਤਾਂ ਵਲ ਮੈਂ ਕਦਾ ਕਹਿ ਨੂੰ ਤੰਗ ਨਹੀਂ ਕੀਤਾ ਤੂੰ ਤਾਂ ਪਿੱਛੂਆ ਤੋਂ ਨਾ ਤਾਂ ਆਦਾ ਪੀਂ ਬਈ ਇਹਦੀ ਜੁਆਰ ਸੈਂ दुनिया का वेला बंदा ही है अगे जो तू हल मार गई ना बंदे के पुत्र हाल मारे ने बदा बैठा उसे ट्रैक्टर नाल मैं आऊंगा तेन पहले आदा पिया मोटरसाइकिल साइकिल फारे को नहीं तेरे वास्ते ना मैं फारे का मैं कपड़े नहीं मैले कर सकता तेरे गोलियां वांजे वेल्ड कराते आवा भाई मैं नहीं वेंदा तेरे नाल मेरा मोटरसाइकिल ही फारे को नहीं मैं नु केड़ा तू पैसे देवने नहीं सा देवना या भाई मैं तेरी गोली जो वेल्ड करवाते आवा पहला नंबर तो मैं नु का छड़ी थी खड़े वे गले लाई तो तैनू की छड़े उन डंगो ते बात दी गल नहीं नहीं मैं नु का छड़ी थी खड़े वे हां तू ये जड़े दा कमा कमा दा सारा डे थक पोने बाल जण तोण तेरी गोलियां छिड़ियां नहीं थीरियां रुपया ही काल नहीं निका ते मूसे दे आज 70,000 ले अन मूसे दा खून आई केड़ी गोली निकल गई हुन तेरी ए नहीं कदी ओ छोड़ परा ओ ठीक चल वे जी सारी जी वार ला चा मिनट ला चा पहले तेन दस नहीं तो ट्रैक्टर मैं तू घर लगा वे डीजल सड़सी तू कच के वाल मेरे को ले लवे ਪਾਵੇਂ 6 ਘੰਟੇ ਲੱਗਣ ਤੇ ਪਾਵੇਂ ਲੱਗਣ 5 ਘੰਟੇ ਤਾਂ ਹੌਲੇ ਹੌਲੇ ਚੱਲਿਆ ਤੂੰ ਬੈ ਪਾਸੇ ਤੂੰ ਤੂੰ ਤਾਂ ਵਧਾਂ ਜੀ ਆੜੀ ਕਮਾਂ ਦਾ ਮੋਟੀ 14-15 ਹਜ਼ਾਰ ਨਾ ਕਮਾਵੇਂ ਜੀ ਯਾਰ ਤਾਂ ਤੈਨੂੰ ਸਕੂਨ ਨਹੀਂ ਆਂਦਾ ਇਹ ਮਾਮਾ ਉਹ ਬਲ ਬਾਤ ਇਹ ਦੇਖ ਬਦਣਾ ਜਾਂ ਛੋੜਨਾ ਤੈਨੂੰ ਸਾਰਾ ਲਾਸਟ ਟਾਈਮ ਲੋਦੀ ਆ ਗਈ ਲਾਸਟ ਟਾਈਮ ਇਹ ਲਾਸਟ ਟਾਈਮ ਇਸ ਟਾਈਮ ਮੁਲਤਾਨ ਵਾਲੇ ਤੇਰੀ ਇੰਤਜ਼ਾਰ ਕਰਦੇ ਬੈਠੇ ਸਨ ਐਡਾ ਆਵਾਜ਼ ਕੇ ਤੇ 37 ਮਿੰਟ ਹੋ ਗਏ ਵਾਕਿਆ ਤੇਰੀ ਇੰਤਜ਼ਾਰ ਦੇ ਹੋਸਨ ਛੋੜਾ 12 ਹਜ਼ਾਰ ਦੇ यार ये तो कोई गल नहीं यार डोदी साहब ये तो घाटा डो तेन कोई भर है पूरे इलाके जो दसा भर देखने जो कोई भर बाकी खरा डो अच्छा गां तो देना किलो पानी देना साड़ लेना अच्छा खराब नहीं बर्फ चौकी पे सटे बर्फ दस चौकी अच्छा ठंडा पैदा ना खराब नहीं जायद होंगी अच्छा ਡੋਦੀ ਦੀ ਸੁਣਾਣ ਕਰ ਲਓ ਜਿਹੜੇ ਜਿਹੜੇ ਮੁਲਤਾਨ ਨਾਲ ਲਿਓ ਕੋਠੀ ਤੇ ਡੋਦ ਦੇਂਦਾ ਨਾ ਬਰਫ ਆਦਾ ਠੱਡਾ ਡੋਦ ਨਾਲ ਪਤਾ ਆਦਾ ਇਹਨ ਖਰਾਬ ਹੋ ਗਿਆ ਨਾ ਚਲੋ ਮੈਨ ਲੱਗਦਾ ਮੈਨੂੰ ਆਪ ਨੂੰ ਦੋਚਾ ਆਉਣਾ ਪਾਸੀ ਉਹ ਡੋਦ ਓਏ ਹਰ ਰੇਟੀ ਤਾਂ ਘਟ ਆ ਇਹ ਰੇਟੀ ਤਾਂ ਘਟ ਹੈ ਇਵੇਂ ਗੱਲ 140 ਨਾਲ ਕੌਣ ਵੰਡੇ ਸਹੀ ਗੱਲ ਨੇ 140 ਨਾਲ ਦੇਂਦਾ ਖਣੇ ਅੱਜ ਹੀ ਬੜਾ 200 ਨਾਲ ਉਸਤਾਦ ਇਸ਼ਵਾਕ ਦੇਂਦਾ ਬੈਠਾ ਤੇ ਹਾਂ ਹਾਂ बरींदा दिखावा अज कि बरींदा है सही
मुल्तान लंडो अदवान देवने ते मेरा ना आखना उन्होंने आखना भाई जड़े ना सारे चैनल को लाइक भी करो तो सब्सक्राइब भी करो। हाँ सच्चा है। हाँ इन्हें तो काट डोड कौन आप लाए सुन माशाल्लाह। एक डोड दे मैं देखें भाई देखें बेर नहीं मैंने डे बना। ये डोड दे मैं ये वो तो याद करे सो। याद करे सो की करे। हाँ ये सारा बार लगना ही है। आज कोई को नहीं आज मेरे दिन में लाया ने दमी ले पैसे मैनू आ रहे हमने नहीं सवेरे मैं अगर ही आखना कोर्ट से बात कोलो अब भाई सुन दा बैठा यार कितना हो गया सात चलो कोई नहीं सात हो गया है पूरा चलो माशाल्लाह सही कल दा त्रै ते अज दा सात है अपने बाणे जा पहुंचो बाने दे मैं सारी कुकड़ियां बदीन करक दी अंडे लावना दी ओ सामने करक दी घड़ी कड़क 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 एक मैसू चा आ गई अंडा मैसू भाई दा छोटा निका ते मैन लगदा कोई मैं इनू फरोल के देखने पोसन मेरे नसीब च किसे आंदी है या नहीं आंदी तो दिखावा सही जा बनी पई है मैं को लगदा अंडा ओ सही भावें बान खड़ा जगह एक बनी पई है सही इत्थे 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 तक को नहीं एक बनी पई इत्थे इत्थे ही को नहीं ओ पीए यो ये ओ ओ पीए ये पीए यो नी आवन 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 कितने गिये वहाँ भूंगे जी बाढ़ गई आवन 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 आ गई ये आ गई ये आ गई तले फार छेता औलो ले खड़ा करने तो लगा ना मन्ने हाय ओए हाय ओए हाय ओए देसिया ना आ गई उसका जी वी है पी अंडा देसी खुदा दी कसम यकीन कर लो आज इनू उकाल ते खसाए हाँ ताज़ा लत है गरम गरम अंडा और भाई एक जा ये उकू फुर लेना अंडे इतने बेचना गायब कर लेनी ना के भूए च भाई जा फरोला मैं तुम लिखा ना लभद तो वीवर मैं ना एक अंडा गोल आया तो घर माशाल्लाह ढेर सारे अंडे पैन वाल बेगम मेरी आखा भाई तू चाहिए ए अंडे देसी पैन ये घर चाहिए ना छोटे घर वे करो छोटे घर ले वेना क्योंकि ना कोई सहूलत होनी चाहिए इतने माशाल्लाह अंडिया का टैग लगा भी आए ताते ताते अंडे लथे पैने लई पैना नाल शाहपुर चावन गई वजिए आ वजे तो वाल इन्होंने पा के तो उसका जी यकीन कर लो रात शाम उन्होंने उबले सू तो वाल चसा चै सू आप अपने उस्ताद यार को आ गए वो खड़ा कौन ही आपको बल जरा ना कोई समान वगैरह लिए मैं चलो दोस्तों शेयर करूँ एक कोई टमाटर लैन नींबू शिबू मरचा शरचा तो किलो खान घ्यो लिए थे मैंने पता है माड़ा बंदा थोड़ा भी रहा कोई पंजा खान की दही लई है ये हूँ मार मूर के ना भैया निकले वह बालों सकूलू ली आते ये बैठे थे अपने शेर मोटरसाइकिल से मासी क्या हाल है अस आ गए अपने छली को मैक लाई को मोटर छली ले रहे पे तू यार सू पंजा दी घटिया छलिया दे दू बंदे राधी थी वजन पजा आज देख लेने तो तेरे ना कान कुटे सा वाले ना आखे भी दू बंदे राधी थी सर ना है बस वो राधी है आपू आनी दे मेरे पुत्रा नू अच्छा माशाल्लाह खेलते दिखा नहीं डू देवनी है सानू तू अद्दू अद नहीं है रोला पवा ने उन्होंने प्यो की रले देवनी है उन्होंने प्यो की रले देवनी है तेरे चलिया लावान दे फायदे सानू ए मोटरवे की सही तुम चसा दिखाइया नहीं इतू छलिया लाइया इतू लै हूं इतू निकलते हैं घर पहुंचते हैं ਇਹ ਸਹੀ ਆਪਣੇ ਕੋਰਟ 'ਚ ਬਾਅਦ ਖੜਿਆ ਤੇ ਮੈਂ ਬਿਲ ਜਾਂਦਾ ਆਖਿਆ ਇੱਥੇ ਜਿਹੜੀ ਜਾ ਬੱਚੀ ਪਈ ਹੈ ਨਾ ਇੱਥੇ ਮੇਰੀ ਰੇੜੀ ਲਵਾਓ ਇਹ ਹੁਣ ਦਿਲ ਦੇ ਬੈਠੇ ਰੇੜੀ ਦੀ ਜਾ ਨਹੀਂ ਲੈਂਦੇ ਪਏ ਬਈ ਮਿਹਰਬਾਨੀ ਕਰਨ ਚਲੋ ਮੈਂ ਹੀ ਵੇਲਾ ਵਾਦਾ ਚਲੋ ਇਸੇ ਬਹਾਨੇ ਨਾਲ ਜਿਹੜਾ ਨਾ ਮੇਰਾ ਕੰਮ ਹੀ ਸਿੰਦਾ ਰਾਸੀ ਤੇ ਇਹਨਾਂ ਦਾ ਸਿੰਦਾ ਰਾਸੀ ਮੇਰੀ ਗੱਲ ਮਨ ਵਜਨ ਤਾਂ ਚੰਗੀ ਗੱਲ ਹੈ ਨਾ ਮਨ ਹੋਣੇ ਦਾ ਵਾਲੇ ਇਹਨਾਂ ਰੂਲ ਸਨ ਖੜੇ ਹਾਂ ਇਹਨਾਂ ਦੀ ਰੇੜੀ ਨਹੀਂ ਚਵਾਉਣੀ ਹਾਂ ਭਾਈ ਆ ਸੁਣਾ ਠੀਕ ਦੋ ਆਪਣਾ ਉੱਚਾ ਬੋਲ ਰਹੀ ਮੈਂ ਕੋਨ ਲੱਗੇ अलहमदुलिल्लाह।
ਸਾਨੂੰ ਕੋਈ ਕੰਮ ਦੀ ਗੱਲ ਸੁਣ ਆ ਜਿਹੜੀ ਤੂੰ ਸੁਣਾਵੇਂ ਕੋਈ ਪਤਨ ਪਤਾ ਲੱਗੇ ਕਿਹੜੀ ਗੱਲ ਦੀ ਕੰਮ ਦੀ ਗੱਲ ਸੁਣਾਵੇਂ ਕੋਈ ਤਾਂ ਸੁਣਾ ਯਾਰ ਜਿੰਦੇ ਜਾਨ ਦੀ ਜਿੰਦੇ ਜਾਨ ਦੀ ਬਈ ਬੰਦੇ ਜਿੰਦੇ ਜਾਨ ਦੀ ਸੁਣਾਉਂਦੇ ਨੇ ਪੁੱਜੂ ਚੁੱਪ ਕਰ ਗਈਆਂ ਕੰਮ ਚੱਲਦਾ ਚਲੋ ਇਹ ਦੱਸ ਇਹਨਾਂ ਤਾਂ ਛਲੀਆਂ ਨਹੀਂ ਵਿਕੜੀਆਂ गल मुका कोई गल मुकदी मुका डोला सलवार सलवार बंदा वह थका कमा कमा थका वह देख लो क्या ट्रैक्टर भी चले अगर इतू आ तो मेरा मारना सही तरीके बजता पी पीछे हूं मैं समझ नहीं आती भी बंदे जो सारी जिंदगी कमाते रहते हैं बहते रहते हैं नहीं तो हूँ समा नहीं है नहीं तो कोई बाल है नहीं कोई शायद कमा की लड़ है छड़ा मुतड़ा है सारी जिंदगी इस बंदे ने गुजार देनी अच्छा। मैं उड़ा दफा के कुछ पांच चार मरले जेड़े जमीन है मेरे ना करवा चा वाह मजा ले करवावे चा नहीं करवावनी अई मैं तेरी खावे सन यकीन कर तेनू कमवा कमवा ते मार गते सन आटा पिछा होनी खड़ा ते हिमाचल दे सामने पाओ आटा पिछा कोई हाल नहीं तेरा पुत्र वाल नवी जात आ गई अपने कजन को दो बंद मिलना चाहते सारा विलोक ही बना चा थानू दिखा ही सही चा एक बंदा खड़ा वे नवी साइकिल मंगवाई सी इवें ना नवी मंगवाई है ना है कितने की आई है पांच हजार की ते हुण मैनू अगर वेचे तो हुण कितने की हो सी एक लाख की अच्छा तू मदर नूर का पुत्र है तू कितने की लाया मामू तू बावी हजार की लाया हूं तू वेचे तो तेरी कितने की हो सी मेरी हो सी पंजी हजार चलो भाई तू बंदा ठीक टकर है इसने भाई जायज जायज रेट दस है वो तो ज्यादा रेट दस है तू मुकाबला लेंदे होंदे वे को ना लेंदे होंदे वे कौन जीतदा कौन आंदा है मैं जीतवा ना ए हार मैं ले अच्छा अच्छा पहले आया मैं पहले आया अच्छा उठू 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 आओ पुली तो लै आओ साइकिल उठू देते घेड़ा आंदा थोड़े तू घेड़ा जीतता आओ इस डूए मेरे शेर न डूए जरा ना माशाला मेरे बड़ेजन तो इन्होंने तुम पूरी पूरी चस्सा दिखाता भी हैं लंघा ना भी रोक लिया ने मामू जने रोक वाई सारा भी लोग बना के वाए इो जे हम बने जे माशाला मैं सीधी कर भाई मैं सीधी कर पैना तेरी ये डमना शमना नहीं तुम मैं आता पी जरा हरा उनकी साइकिल मैं इं फ्री च लै वैसा ये पूरा पक्का हो बने वाल ना तू तू बंदा वह ना मुक्के साई खड़ो खड़ो भजा बनी नहीं मैं उत्ते पिछा खड़ सा जेड़ा हर सी उनकी साइकिल मैं लै वैसा ठीक है डन डन भजन छजन कौन देसा मैं वाल तू आखे मैं पापा देर वैना ये गल कौन हो सी दस 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 उच्चा बोलते खुली गल कर चलो आओ रुको वाल बेईमानी करे ना भी मैंने पता है तू मैनू पता है अज तुरी अस उठे मैं उठे वैसा वाल आने तू भी चवा तू ही पिछा वाज तू ही पिछा मामू थी रोक आई यार तू तो बेईमान ही चला गई मैं लगी है पता मैंने पता लग गई तू ची टेंकर ना पी है ना मैं वह ना पी तेरा विलॉग मान गया तो हूँ मेरा विलॉग ना डिठा वाल यारी को नहीं होनी माशाल्लाह आ मामू ये तेरे नाल मुकाबला नहीं कर सका हार गई है मामू माशाल्लाह माशाल्लाह सुनाओ फिरन टुरन आए वे वरू साइकिल ही तो आए वे अच्छा थक्या को आ गई मकई मंगन थक्या को पुछद भाई मकई आ हाथ लाए तू तो वत देसू तो मैं आके हाथ लाने तो पहले कोई राती लै वजे तो हाल ही मुकरे खड़े ने बल बल राती लै गया तो मावे ना तो पुछते लै गया ए बंदा जरा बी हाथ लैसू तो वत देसू बे हाथ लैसो जो सैलेज बना सो अच्छा ਇੱਕੇ ਜੀ ਵਾਰ ਹੱਥ ਲਾ ਵੀ ਇੱਕੇ ਜੀ ਵਾਰ ਮੁੱਕੀ ਵੈਸੇ ਤੇ ਸਾਡਾ ਹੀ ਸਾ ਜਿਹੜਾ ਉਹ ਤੇ ਡੋਚ ਉਹ ਜਿਸ ਟਾਈਮ ਆਸੀ ਲੈ ਲਵੇ
ਜੇ ਮਸ਼ੀਨ ਸਾਰੇ ਚਾਰੇ ਬੱਖੇ ਵਾਲੇ ਵੈਸੇ ਮਸ਼ਹੂਰ ਹਨ ਪਏ ਉਹ ਜਿਹੜਾ ਨਾ ਪੁੱਛਦੇ ਕੋਈ ਨਹੀਂ ਹੁੰਦੇ ਅੱਛਾ ਉਹ ਤਾਂ ਵੈਸੇ ਵੜ ਗਿੰਦੇ ਇਹ ਗੱਲ ਤੇਰੀ ਵਪਾਰ ਦੀ ਮਿਹਰਬਾਨੀ ਤੁਸੀਂ ਸਾਕ ਵੱਲ ਦੱਸਿੰਦੇ ਖੜੇ ਪੁੱਛਦੇ ਖੜੇ ਆ ਤੁਹਾਡੇ ਕੋਲ ਪੁੱਛਦੇ ਤ੍ਰੀਜੀ ਚੌਥੀ ਤੇ ਖੜੇ ਵੀਰ ਬਈ ਮਿਹਰਬਾਨੀ ਕਰੋ ਮਿਹਰਬਾਨੀ ਕਰੋ ਬਈ ਥੋੜਾ ਬਾਤ ਜਿਹੜਾ ਸਾਡਾ ਹਿੱਸਾ ਬਣਦਾ ਹੱਥ ਨਾਲ ਦਿਓ ਚਾ ਸਾਨੂੰ ਮਜਬੂਰ ਪੈ ਕਰੇ ਦਨ ਜੇ ਅਸਾਂ ਮਜਬੂਰ ਹੋ ਗਏ ਤਾਂ ਰੇੜੀ ਲਾ ਦੇਵੈਸੂੰ ਰਾਤੀ ਜੇ ਰੇੜਾ ਲਾ ਦੇਵੈਸੂੰ ਓਏ ਅਸਾਂ ਦਾ ਅੱਗੇ ਉਂਜ ਮੋਏ ਪੈਣ ਜੱਟ ਤਾਂ ਵੈਸੇ ਉਂਜ ਮੋਏ ਪੈਣ ਸਾਡੇ ਤਾਂ ਖਰਚੇ ਨਹੀਂ ਪੂਰੇ ਹੁੰਦੇ ਖਰਚੇ ਪੂਰੇ ਨਹੀਂ ਹੁੰਦੇ ਤਾਂ ਤੁਸੀਂ ਸੈਲਜ ਬਣਾਉਣਾ ਸ਼ੁਰੂ ਕਰ ਦਿੱਤਾ ਕੀ ਕਰੂੰ ਡੋਰਨ ਤਾਂ ਖਵਾਉਂ ਡੋਰੇਨ ਤੁਹਾਡੇ ਅਲਹਮਦੁਲਿਲਾ ਅੱਛਾ ਟੂਵੈਲ ਚਲਾਈ ਖੜਾ ਕਜ਼ਨ ਮੇਰਾ ਪਾਣੀ ਲਾਈ ਖੜਾ ਤੇ ਬਰਲ ਮਕਈ ਮੈਂ ਲੈ ਵੈਸਾ ਮੈਨੂੰ ਕਿਤ ਵੈਂਦਾ ਵਧਾ ਲਈ ਮੇਰੀ ਮਨੇਂ ਦੇ ਨਹੀਂ ਪਏ ਹਾਲਾਂ ਦਾ ਬੱਖੇ ਵਾਲੇ ਜਿਹੜੇ ਨਾ ਉਹ ਸਿੱਟੀਆਂ ਬਨ ਬਨ ਕੇ ਖਾਦੀ ਖਾਣੇ ਅੱਛਾ ਵੀਰ ਆ ਗਿਆ ਮੈਂ ਆਪਣੀ ਪੁਰਾਣੀ ਜਾ ਤੇ ਅੱਜ ਵਾਲੇ ਵਲੌਗ ਦੇ ਥਾਈ ਮਰੇ ਨੇ ਐਂਡ ਅੱਲਾ ਹਾਫਿਜ਼ ਮਿਲ ਸੁਕਾ ਨਵੇਂ ਵਲੌਗ ਦੇ ਨਾਲ ਦੁਆਵਾਂ ਯਾਦ ਰੱਖਣਾ ਉਮੀਦ ਕਰੇ ਸਾਂ ਕਿ ਤੁਹਾਨੂੰ ਵਲੌਗ ਪਸੰਦ ਆ ਸੀ ਅੱਲਾ ਹਾਫਿਜ਼।